ਕੀ ਕਰਦੇ ਹੋ ਜੀ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵੀਡੀਓ ਦੇ ਵਿੱਚ, ਨਵੇਂ ਵਲੌਗ ਦੇ ਵਿੱਚ। ਅੱਜ ਅਸੀਂ ਵਾਪਸੀ ਕਰ ਰਹੇ ਹਾਂ ਨਵੀਂ ਵੀਡੀਓ ਦੇ ਨਾਲ। ਅੱਜ ਸਾਡਾ ਸਾਰਾ ਕੰਮ ਲਗਭਗ ਖਤਮ ਹੋ ਚੁੱਕਿਆ ਗਾ ਅਤੇ ਸਾਡੀਆਂ ਇੱਥੇ 4-5-6 ਕਨਾਲ ਹੀ ਰਹਿ ਚੁੱਕੀਆਂ ਨੇ ਕੱਦੂ ਕਰਨ ਵਾਲੀਆਂ। ਅਤੇ ਤੁਸੀਂ ਉਹ 6 ਕਨਾਲਾਂ ਦੇ ਵਿੱਚ ਤੁਸੀਂ ਟਰੈਕਟਰ ਦੇਖੋ ਕਿੰਨੇ ਖੜ੍ਹੇ ਨੇ। ਅਤੇ ਉਹ ਖੜ੍ਹਾ 1, 2, 3, 4 ਅਤੇ ਅਸੀਂ ਨਾਲ ਹੀ ਘਾਰਾ ਚੱਕ ਰਹੇ ਹਾਂ। ਘਾਰਾ ਚੱਕ ਕੇ ਨਾਲ ਹੀ ਵਾਹ ਕੇ ਨਾਲ ਹੀ ਮੋਟੋਗਰਾ ਫੇਰ ਕੇ ਅਤੇ ਪਾਣੀ ਛੱਡ ਕੇ ਉਹ ਭਈਏ ਆਉਣਗੇ, ਪੰਜਵਾਂ ਟਰੈਕਟਰ ਭਈਏ ਲੈ ਕੇ ਆਉਣਗੇ। ਅਤੇ ਲੇਬਰ ਦੇਖੋ ਬੰਦੇ 3 ਫਿਰਦੇ ਨੇ, 4, 5 ਅਤੇ 3, 8 9 ਮੈਂ ਕਿਤਾਬ ਆਉਣ ਗਿਆ ਹੋਇਆ। ਇਹ 10 ਬੰਦੇ ਫਿਰਦੇ ਅਸੀਂ ਇੱਥੇ। ਤੁਸੀਂ 10 ਨੂੰ 6 ਕਨਾਲਾਂ ਦੇਖੋ, ਅੱਧੀ ਅੱਧੀ ਕਨਾਲ ਹੀ ਆਈ। ਇੰਨੀ ਪੰਜਾਬ ਦੇ ਵਿੱਚ ਛੁੱਪੀ ਬੇਰੁਜ਼ਗਾਰੀ ਹੈ। ਇਹ ਛੁੱਪੀ ਬੇਰੁਜ਼ਗਾਰੀ ਕਿਹਨੂੰ ਕਹਿੰਦੇ ਨੇ? ਜਦੋਂ ਇੱਕ ਜਗ੍ਹਾ 'ਤੇ ਪ੍ਰੋਡਕਸ਼ਨ ਓਨੀ ਹੋਵੇ ਅਤੇ ਬਟ ਅਤੇ ਲੇਬਰ ਜ਼ਿਆਦਾ ਹੋਵੇ, ਬੰਦੇ ਜ਼ਿਆਦਾ ਹੋਣ, ਉਹਨੂੰ ਛੁੱਪੀ ਬੇਰੁਜ਼ਗਾਰੀ ਕਹਿੰਦੇ। ਇਹ ਅਸੀਂ ਇਕਨੋਮਿਕਸ ਪੜ੍ਹੀ ਹੋਈ ਹੈ। ਅਤੇ ਤੁਸੀਂ ਦੇਖੋ ਬੰਦੇ ਕੀ ਕਰ ਰਹੇ ਨੇ। ਇਹ ਕੀ ਕਰ ਰਹੇ ਪੰਮਾ ਸਿੰਘ? ਖਬਰ ਚੋਦੇ ਕਿਉਂ ਐਂ ਕਰ ਰਹੇ ਨੇ? ਇਹ ਘਾਰਾ ਪੱਟ ਰਹੇ, ਇਹ ਸਾਨੂੰ ਬਹਾਨਾ ਆਇਆ ਕਿ ਟੀਮ ਦੇ ਵਿੱਚ ਇਹ ਹੁਣ ਇੱਥੇ ਘਾਰੇ ਬਹੁਤ ਪੈਂਦੇ ਨੇ ਨੀਵੇਂ ਦੇ ਵਿੱਚ, ਇਹਨੂੰ ਪੱਟ ਪੱਟ ਕੇ ਇਹ ਖੱਡਾ ਲੋਡ ਕਰਦੇ ਨੇਗੇ ਫਿਰ ਤਾਂ ਕਿ ਘਾਰਾ ਨਾ ਪਵੇ। ਦੇਖੋ 59 ਉਹ 60-65 ਕੁੰਡੀਆਂ ਨੇ ਸਿੰਘ ਫਸ ਗਏ, ਕਿਹੜੀ ਮਿੱਤਰ ਉਬੜੇ ਮੇ ਖਾਣੀ ਕਿਉਂ ਪੰਮੇ? ਤੁਹਾਨੂੰ ਬੰਦੇ ਨਾਲ ਮਿਲਾਉਣੇ ਆਪਣੇ ਸਾਰਿਆਂ ਨਾਲ। ਇਹ ਪੰਮਾ ਸਿੰਘ, ਪੰਮਾ ਸਿੰਘ ਕੀ ਹਾਲ ਨੇ? ਠੀਕ ਹੈ ਯਾਰ ਜੀ। ਆਪਾਂ ਕਿਹੜਾ ਪਿੰਡ ਹੈ? ਪਿੰਡ ਦਾ ਜੀ ਕੋਟਦਨਾ ਹੈਗਾ। ਕੋਟਦਨਾ ਪਿੰਡ ਪਨੇਰ ਹੈ? ਮੇਰਾ ਪਿੰਡ ਪਨੇਰ ਹੈਗਾ। ਜ਼ਿਲ੍ਹਾ ਕਿਹੜਾ ਪਿੰਡ ਹੈ? ਜ਼ਿਲ੍ਹਾ ਸੰਗਰੂਰ ਪਿੰਡ ਹੈ। ਸੰਗਰੂਰ ਨਹੀਂ ਬਰਨਾਲਾ ਪਿੰਡ ਹੈ। ਜੈਮਰ ਸਿੰਘ ਨਾਮ ਕੀ ਆਪਣਾ? ਕਿਹੜਾ ਪਿੰਡ ਹੈ? ਪਨੇਰ। ਜ਼ਿਲ੍ਹਾ ਕਿਹੜਾ ਪਿੰਡ ਹੈ? ਬਰਨਾਲਾ। ਹਾਂਜੀ, ਕੀ ਨਾਮ ਆਪਣਾ? ਲਾਲੀ ਸਿੰਘ। ਜ਼ਿਲ੍ਹਾ ਪਿੰਡ ਕਿਹੜਾ ਹੈ? ਪਨੇਰ। ਜ਼ਿਲ੍ਹਾ ਬਰਨਾਲਾ। ਸੋ ਅਸੀਂ 10 ਬੰਦੇ ਹਲੇ ਆਏ ਖੇਤ, ਘੰਟੇ ਨੂੰ ਘੰਟਾ ਹੋਇਆ 4 ਕਨਾਲਾਂ ਲੋਡ ਕਰਨ ਤੋਂ ਬਾਅਦ ਚਾਹ ਪੀਣ ਆ ਗਏ, ਬਹੁਤ ਥੱਕ ਗਏ। 10 ਬੰਦੇ 4 ਕਨਾਲਾਂ ਨੇ, 11 ਬੰਦੇ ਨੇ। ਦੇਖੋ ਫਿਰ ਆ ਕੇ ਕਹਿੰਦੇ ਜਾ ਥੱਕ ਕੇ, ਕਹਿੰਦੇ ਪਾਣੀ ਨਾਲ ਪਿਓ ਅਤੇ ਚਾਹ ਪੀਣ ਆ ਗਏ। ਚਾਹ ਬਣੀ ਰਹੀ ਹੈ। ਦੇਖੋ ਕੰਮ 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 ਤਾਂ ਕੋਈ ਨਹੀਂ ਕਰਦਾ, ਇਕੱਲਾ ਜਮੀਰੀ ਕਰਦਾ, ਆਹੀ ਕਰਦਾ ਨਾ, ਬਾਕੀ ਤਾਂ ਨਹੀਂ ਤੁਰਦੇ। 3 ਕਰਦੇ ਆ ਤੇ ਸ਼ੀ ਉੱਤੇ ਨੇ, ਇੱਕ ਵੀਡੀਓ ਬਣਾਈ ਜਾਂਦਾ ਹੈ। ਪੰਮਾ ਸਿੰਘ ਸਾਰੀ ਲੇਬਰ ਦਾ, ਸਾਰੀ ਲੇਬਰ ਦਾ ਹੈਡ ਜਮੇਰੀ, ਜਮੇਰੀ ਸਾਰੀ ਲੇਬਰ ਦਾ ਹੈਡ ਆ ਹੈ ਪੰਮਾ। ਨਮਸਕਾਰ ਦੋਸਤੋ, ਹਮ ਪਹੁੰਚ ਚੁੱਕੇ ਹੈ ਖਾਰਾ ਕੇ ਜੰਗਲੋਂ ਮੇ, ਜਹਾਂ ਪਰ ਹਮੇ ਇੱਕ ਛੋਟਾ ਸਾ ਗਾਉਂ ਦੇਖਾ ਹੈ, ਜਹਾਂ ਪੇ ਲੋਕ ਕਾਮ ਕਰ ਰਹੇ ਹੈ। ਹਮੇ ਸੁਣਾ ਹੈ ਕਿ ਜਹਾਂ ਪੇ ਛੋਟੇ ਛੋਟੇ ਜੰਗਲੀ ਜਾਨਵਰ ਵੀ ਰਹਿਤੇ ਹੈ, ਤੋ ਹਮ ਆਪਕੋ ਦਿਖਾਏਂਗੇ, ਆਈਏ। ਨਤੀਜੇ ਪੌਦਾ ਹਮੇ ਅਗਰ ਹਮ ਕਭੀ ਭੂਖ ਸੇ ਮਰ ਜਾਏ ਐਂਡ ਹਮੇ ਜੰਗਲ ਮੇ ਕੁਛ ਨਾ ਮਿਲੇ ਖਾਣੇ ਕੇ ਲੀਏ, ਹਮ ਇਸਕੇ ਤਨੇ ਕੋ ਖਾ ਸਕਤੇ ਹੈ। ਜੇ ਬਹੁਤ ਨਮਕੀਨ ਸਾ ਹੋਤਾ ਹੈ, ਦੇਖ ਸਕਤੇ ਹੈ, ਇਸਮੇ ਪਾਣੀ ਕੀ ਨਮੀ ਵੀ ਹਮੇ ਸਰੀਰ ਕੋ ਮਿਲੇਗੀ, ਆਈਏ। ਇਹ ਲੋਕ ਪਤਾ ਨਹੀਂ ਕੌਣ ਹੈ, ਜੇ ਸ਼ਾਇਦ ਆਦਿਵਾਸੀ ਹੈ, ਹਮ ਆਪਕੋ ਪੰਜਾਬੀ ਬਤਾ ਦਿੱਤੇ ਹੈ। ਇਹ ਲੋਕ ਆਦਿਵਾਸੀ ਨੇ, ਜੰਗਲਾਂ 'ਚ ਐਵੇਂ ਰਹਿੰਦੇ ਨੇ, ਇਹ ਦੇਖੋ ਇਹ ਜੰਗਲਾਂ 'ਚ ਰਹਿੰਦੇ ਨੇ, ਇਹਨਾਂ ਨੂੰ ਕੋਈ ਅਕਲ ਨਹੀਂ ਹੈ। ਅਸੀਂ ਸ਼ਹਿਰ ਤੋਂ ਆਏ ਹਾਂ, ਇਹਨਾਂ ਨੂੰ ਕੁਛ ਪਤਾ ਨਹੀਂ ਹੈ।
ਉਹ ਮਿੱਟੀ ਟਰਾਲੀ ਭਰ ਦੇਵੇ, ਮਿੱਟੀ ਟਰਾਲੀ ਭਰ ਦੇਵੇ, ਦੇਖਾਂਗੇ ਭਾਈ। ਕੀ ਕਰਦੇ ਜੀ? ਬੰਦੇ ਦੇਖੋ ਬਾਕੀ ਕਿੰਨੇ ਵਿਹਲੇ ਖੜੇ ਨੇ। ਘਰ ਆ ਜਮਾ ਬਚ ਗਿਆ ਤਾਂ ਫਿਰ ਛੱਡੀ ਦੋ ਇਹਨਾਂ ਵਾਹਣ। ਕਰਾਹ ਦੀ ਰੇਂਜ ਉੱਡ ਜਾਂਦੀ ਹੈ ਜੀ ਉਹਦੀ, ਫਿਰ ਕਰਾਹ ਭਰ ਜਾਂਦਾ ਇੱਕ ਮਿੰਟ ਬਾਅਦ। ਪਾਲੂ ਸਿੰਘ ਮੱਚਿਆ ਬੈਠਾ ਬੋਰੀ ਉਰੇ ਲਾ ਦਿਓ, ਉਰੇ ਘੋਲੂਆ ਬਣਾ ਦੇ ਸਮਾਰ ਕੇ ਕੱਢਾਂ ਬਾਲੀਆਂ ਲੈਣਾ ਉਰੇ।
ਇੱਕ ਆਹ ਗੂੰਜਾ ਵਾਲਾ ਨਹੀਂ ਮੈਂ ਇੱਕ ਉਹ ਗੂੰਜਾ ਨਾ ਇਹਦਾ ਫੌੜੇ ਚੱਕ ਕੇ ਦੈੜੀਆਂ ਮਾਰ ਲੱਗ ਜਾਂਦੇ ਯਾਰ ਸਾਡਾ ਕੱਦੂ ਦਾ ਕੰਮ ਸਾਰਾ ਨਿਬੜ ਚੁੱਕਿਆ ਜੀ ਤੇ ਹੁਣ ਅਸੀਂ ਬਈਆਂ ਦਾ ਹਿਸਾਬ ਕਰ ਰਹੇ ਹਾਂ ਬਈਆਂ ਲੋਕਾਂ ਦਾ ਜੇ ਦੇਖੋ ਹਮਾਰੇ ਸਾਥ ਖੜੇ ਹੈ 240 ਆਪਣੇ ਨਾਲ ਇਹਨਾਂ ਦਾ ਹਿਸਾਬ ਕਰ ਰਹੇ ਹੁਣ ਕੱਲਾ ਕੱਲਾ ਬੰਦਾ ਇੱਥੇ ਅੱਜ ਇਹ ਆਪਣੀ ਤਨਖਾਹ ਲੈ ਰਹੇ ਨੇ ਤੇ ਫਿਰ ਅਸੀਂ ਥੋੜ੍ਹੇ ਟਾਈਮ ਬਾਅਦ ਇਹਨੂੰ ਛੱਡ ਕੇ ਆਵਾਂਗੇ ਤੁਹਾਨੂੰ ਦਿਖਾਉਣੇ ਦ੍ਰਿਸ਼ ਤੇ ਫਾਈਨਲੀ ਸਾਰੇ ਭਈਆ ਲੋਕ ਜਾ ਰਹੇ ਹੈ ਸਭ ਦੇਖੋ ਰੈਡੀ ਸ਼ੈਡੀ ਹੋ ਕੇ ਜੇ ਬਈਓ ਕਾ ਅਕਸ਼ੇ ਕੁਮਾਰ ਅਜੇ ਦੇਵਗਨ ਅਜੇ ਦੇਵਗਨ ਦੇਖੀ ਘੰਟਾ ਮੈਂ ਚਲੇ ਜਾਏਗੇ ਅਜੇ ਦੇਵਗਨ ਘੰਟਾ ਮੈਂ ਚਲੇ ਜਾਏਗੇ ਹਾਂ ਔਰ ਭਈਆ ਪੰਜਾਬ ਮੇ ਕੋਈ ਪ੍ਰੋਬਲਮ ਤੋ ਨਹੀਂ ਆਈ ਠੀਕ ਹੈ ਇੱਕ ਆਪ ਲੋਕੋਂ ਕੋ ਬੇਨਤੀ ਕਰਨਾ ਚਾਹਤਾ ਹੂੰ ਕਿ ਪੰਜਾਬ ਕੋ ਨਾ ਹਮੇਸ਼ਾ ਅੱਛਾ ਬਣਾ ਕੇ ਰੱਖਣਾ ਠੀਕ ਹੈ ਠੀਕ ਹੈ ਹਾਂ ਤੁਮ ਜੇ ਗੁਟਕਾ ਕੱਟ ਕੇ ਖਾਤੇ ਹੋ ਨਾ ਇਸਕੋ ਛੋੜੋ ਠੀਕ ਹੈ ਧੀਰੇ ਧੀਰੇ ਹਾਂ ਠੀਕ ਹੈ ਜਹਾਂ ਦੇਖੋ ਧਰਤੀ ਪੀਲੀ ਕਰ ਰੱਖੀ ਹੈ ਤੁਮਨੇ ਥੁੱਕ ਥੁੱਕ ਕੇ ਇਸਕੋ ਛੋੜੋ ਅੱਛੀ ਬਾਤ ਨਹੀਂ ਹੈ ਜੇ ਤੁਹਾਰੀ ਤੁਮ ਦੋਨੋਂ ਕੀ ਦੇਖੋ ਕਿਤਨੀ ਉਮਰ ਹੈ ਜੇ ਤੋ ਫਿਰ ਵੀ ਬੜੇ ਹੈ ਤੁਮ ਗੁਟਕਾ ਖਾਤੇ ਹੋ ਅੱਛੀ ਬਾਤ ਹੈ ਖਾਤਾ ਨੀ ਚਲੋ ਫਿਰ ਬਹੁਤ ਸ਼ਾਬਾਸ਼ ਸ਼ਾਬਾਸ਼ ਤੁਮ ਨੀ ਖਾਣਾ ਠੀਕ ਹੈ ਸ਼ਾਦੀ ਹੋ ਗਈ ਗਲਤ ਬੋਲ ਰਹੇ ਬਹੁਤ ਬਹੁਤ ਬੜੀ ਹੈ ਬੁੜੀ ਹੋ ਗਈ ਠੀਕ ਹੈ ਕਿਸੇ ਨੇ ਗੁਟਕਾ ਨਹੀਂ ਖਾਣਾ ਔਰ ਪੰਜਾਬ ਕੋ ਅੱਛਾ ਬਣਾ ਕੇ ਰੱਖਣਾ ਠੀਕ ਹੈ ਜੈਸੇ ਤੁਮ ਯੂਪੀ ਕੋ ਤੋ ਚਲੋ ਗੰਦਾ ਬਣਾ ਕੇ ਰੱਖਦੇ ਹੋ ਲੇਕਿਨ ਪੰਜਾਬ ਕੋ ਅੱਛਾ ਬਣਾ ਕੇ ਰੱਖਣਾ ਹੈ ਹਾਂ ਅਗਰ ਦੇਖੋ ਕਿਸੇ ਅੱਛੀ ਜਗ੍ਹਾ ਪੇ ਆਏ ਹੋ ਤੋ ਉਸਕੋ ਅੱਛਾ ਬਣਾ ਕੇ ਰੱਖੋ ਵੈਸੇ ਰੱਖੋ ਅਗਰ ਤੁਮ ਸੋਚੋ ਕਿ ਹਮ ਪੰਜਾਬ ਮੈਂ ਇਸਕੋ ਵੀ ਯੂਪੀ ਕੀ ਤਰ੍ਹਾਂ ਬਣਾਏਗੇ ਫਿਰ ਗਲਤ ਬਾਤ ਹੈ ਠੀਕ ਹੈ ਨਹੀਂ ਥੋੜਾ ਬਹੁਤ ਐਸਾ ਕਰਨਾ ਮੋਬਾਈਲ ਦੇ ਦਿੱਤਾ ਉਸ ਹਾਂ ਹੁਣ ਦੇ ਦੋ 1500 ਰੁਪਏ 15000 ਕੀ ਫੋਨ ਕੋਈ ਮੱਕੀ ਵਾਲੇ ਦਿਨ ਦੇਂਗੇ ਆਏਗੇ ਫਿਰ ਨਹੀਂ ਦੋਗੇ ਤੋ ਫਿਰ ਕੋਈ ਬਾਤ ਨਹੀਂ ਪਹਿਲੇ ਰਾਜਧਾਨੀ ਲਖਨਊ ਬਣਾ ਕੇ ਆਓ ਫਿਰ ਬਾਤ ਕਰੇਂਗੇ